ਹੁਣ ਵਿਖਾਉਂਦੇ ਹਾਂ ਤੁਹਾਨੂੰ ਭੂਤਾਂ ਵਾਲਾ ਖੂਹ। ਤੇ ਆਓ ਹੁਣ ਆਪਾਂ ਤੁਹਾਨੂੰ ਖੂਹ ਵਿਖਾਉਂਦੇ ਹਾਂ। ਇਹ ਆ ਖੂਹ, ਅੰਦਰ ਨੂੰ ਪੌੜੀਆਂ ਉਤਰਦੀਆਂ। ਆ ਵੇਖਣ ਵਾਸਤੇ ਸ਼ੀਸ਼ਾ ਲਾਇਆ ਗਿਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਤੁਹਾਡਾ ਹਰਦੀਪ ਸਿੰਘ, ਤੁਸੀਂ ਵੇਖ ਰਹੇ ਹੋ ਆਪਣਾ ਯੂਟਿਊਬ ਚੈਨਲ ਦਾ ਪਿਓਰ ਲਾਈਫ ਹਰਦੀਪ ਖੁੱਸਾ। ਅਤੇ ਅੱਜ ਆਪਾਂ ਨਾ ਪਹੁੰਚੇ ਹਾਂ ਪਿੰਡ ਭਗਤਾ ਭਾਈ ਦਾ, ਜ਼ਿਲ੍ਹਾ ਬਠਿੰਡਾ। ਅਤੇ ਜਦੋਂ ਮੈਂ ਭਗਤ ਦਾ ਨਾਮ ਲਿਆ ਹੋਊਗਾ ਭਗਤਾ ਭਾਈ ਦਾ, ਤਾਂ ਤੁਸੀਂ ਸਮਝ ਗਏ ਹੋਗੇ ਵੀ ਇੱਥੇ ਕੀ ਲੈਣ ਆਇਆ। ਇੱਥੇ ਆਏ ਹਾਂ ਆਪਾਂ ਭੂਤਾਂ ਵਾਲਾ ਖੂਹ ਵੇਖਣ, ਅਤੇ ਨਾਲ ਮੇਰੇ ਗੁਰਮਹਿਕ ਆ। ਆਪਾਂ ਇੱਥੇ ਇਤਿਹਾਸ ਵੀ ਲਿਖਿਆ, ਉਹ ਵੀ ਪੜ੍ਹਾਂਗੇ। ਅਤੇ ਨਾਲ ਹੀ ਗੁਰਦੁਆਰਾ ਸਾਹਿਬ ਹੈਗਾ, ਪਾਤਸ਼ਾਹੀ 6ਵੀਂ ਅਤੇ 10ਵੀਂ ਚਰਨ ਛੋਹ ਪ੍ਰਾਪਤ ਧਰਤੀ ਹੈ ਨਾ ਗੁਰਦੁਆਰਾ ਸਾਹਿਬ ਆ। ਅਤੇ ਉਹਦੇ ਬਿਲਕੁਲ ਨਾਲ ਖੂਹ ਬਣਿਆ ਹੋਇਆ ਹੈ ਨਾ, ਅਤੇ ਪੂਰਾ ਡੈਕੋਰੇਟ ਕੀਤਾ ਹੋਇਆ। ਉਹ ਵੀ ਆਪਾਂ ਵੇਖਾਂਗੇ ਅਤੇ ਤੁਹਾਨੂੰ ਵੀ ਵਿਖਾਵਾਂਗੇ ਵੀ ਕਿਵੇਂ ਇਹ ਕਹਾਵਤ ਜੀ ਬਣੀ ਹੁੰਦੀ। ਆਪਣੇ ਆਪ ਹੀ ਪਿੰਡਾਂ 'ਚ ਕਹਿੰਦੇ ਹੁੰਦੇ, ਜਿਹੜਾ ਬਾਹਲਾ ਕੰਮ ਕਰਦਾ ਹੋਵੇ ਵੀ ਇਹ ਤਾਂ ਭਗਤੇ ਦੀਆਂ ਭੂਤਾਂ ਵਰਗੇ ਆ, ਹੈ ਨਾ। ਅਤੇ ਜੇ ਕੋਈ ਆਪਾਂ ਕਹਿ ਦਈਏ ਵੀ ਆਹ ਕੰਮ ਕਰਨਾ ਯਾਰ, ਇਹ ਆਪਣੇ ਤੋਂ ਹੋਣਾ ਨਹੀਂ, ਅਤੇ ਫਿਰ ਕੋਈ ਕਹਿੰਦਾ ਹੁੰਦਾ ਯਾਰ ਭੂਤਾਂ ਨੇ ਤਾਂ ਰਾਤੋਂ ਰਾਤ ਖੂਹ ਪੱਟਦਾ ਸੀ, ਤੇ ਆਪਣੇ ਤੋਂ ਕਿਉਂ ਨਾ ਹੋਊ, ਹੈ ਨਾ, ਐਵੇਂ ਕਹਿੰਦੇ ਹੁੰਦੇ ਨਾ। ਅਤੇ ਆਪਾਂ ਵੇਖਾਂਗੇ ਖੂਹ 'ਤੇ ਇਤਿਹਾਸ ਲਿਖਿਆ, ਉਹਦੇ ਬਾਰੇ ਵੀ ਜਾਣਾਂਗੇ ਅਤੇ ਤੁਹਾਨੂੰ ਵੀ ਜਾਣੂ ਕਰਵਾਵਾਂਗੇ। ਇੱਥੇ ਬਜ਼ੁਰਗ ਬੈਠੇ ਹੁੰਦੇ ਨਾਲ ਹੀ ਬੈਂਚ ਪਿਆ, ਅਤੇ ਉਹਨਾਂ ਤੋਂ ਵੀ ਆਪਾਂ ਗੱਲਬਾਤ ਕਰਾਂਗੇ। ਅਤੇ ਆਓ ਹੁਣ ਆਪਾਂ ਕਰਾਉਂਦੇ ਤੁਹਾਨੂੰ ਦਰਸ਼ਨ ਖੂਹ ਦੇ ਅਤੇ ਗੁਰਦੁਆਰਾ ਸਾਹਿਬ ਦੇ। ਲਓ ਜੀ, ਇਹ ਆ ਭੂਤਾਂ ਵਾਲਾ ਖੂਹ। ਇਹ ਹੈਗਾ ਖੂਹ, ਅਤੇ ਆਹ ਨਾਲ ਹੈਗਾ ਗੁਰਦੁਆਰਾ ਸਾਹਿਬ, ਪਾਤਸ਼ਾਹੀ 6ਵੀਂ ਅਤੇ 10ਵੀਂ ਭਗਤ ਭਾਈ ਕਾ, ਜ਼ਿਲ੍ਹਾ ਬਠਿੰਡਾ। ਆਓ ਆਪਾਂ ਹੁਣ ਚੱਲਦੇ ਹਾਂ ਗੁਰਦੁਆਰਾ ਸਾਹਿਬ। ਲਓ ਜੀ, ਇਹ ਆ ਦਰਬਾਰ ਸਾਹਿਬ। ਇੱਧਰ ਇਤਿਹਾਸ ਲਿਖਿਆ ਗਿਆ, ਇਹ ਵੀ ਆਪਾਂ ਤੁਹਾਨੂੰ ਬਾਅਦ 'ਚ ਪੜ੍ਹ ਕੇ ਸੁਣਾਵਾਂਗੇ। ਅਤੇ ਆਓ ਕਰਦੇ ਹਾਂ ਆਪਾਂ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ। ਲਓ ਜੀ, ਆਪਾਂ ਕਰਿਆਂ ਦੇ ਦਰਸ਼ਨ ਦੀਦਾਰੇ ਗੁਰਦੁਆਰਾ ਸਾਹਿਬ ਦੇ। ਹੁਣ ਵਿਖਾਉਂਦੇ ਹਾਂ ਤੁਹਾਨੂੰ ਭੂਤਾਂ ਵਾਲਾ ਖੂਹ। ਅੰਦਰ ਚੱਲਦੇ ਹਾਂ ਆਪਾਂ, ਆ ਜਾਓ। ਲਓ ਜੀ, ਇਹ ਹੈਗੀ ਆ ਖੂਹ ਦੀ ਚਾਰ ਦੀਵਾਰੀ। ਉੱਪਰ ਫੋਟੋਆਂ ਵੀ ਲਾਈਆਂ ਗਈਆਂ ਭਾਈ ਭਗਤਾ ਜੀ ਦੇ ਪੰਜ ਸਪੁੱਤਰ, ਭਾਈ ਤਾਰਾ, ਭਾਈ ਭਾਰਾ, ਭਾਈ ਮੇਰਾ, ਭਾਈ ਭਗਤਾ ਅਤੇ ਭਾਈ ਗੁਰਦਾਸ ਗੁਰੂ ਜੀ ਨੂੰ ਘੋੜਾ ਭੇਟ ਕਰਦੇ ਹੋਏ। ਇਹਦਾ ਇਤਿਹਾਸ ਆਪਾਂ ਜਿੰਨਾ ਪੜ੍ਹਿਆ ਵੀ ਤੁਹਾਨੂੰ ਸੁਣਾਉਣ ਦੀ ਕੋਸ਼ਿਸ਼ ਕਰਾਂਗੇ। ਭਾਈ ਭਗਤਾ ਅਤੇ ਉਹਨਾਂ ਦੀ ਸਪੁੱਤਨੀ ਗੁਰੂ ਸਾਹਿਬ ਨੂੰ ਦੁੱਧ ਭੇਟ ਕਰਦੇ ਹੋਏ। ਲਓ ਜੀ, ਇਹ ਲਿਖਿਆ ਹੋਇਆ ਭੂਤਾਂ ਵਾਲੇ ਖੂਹ ਦਾ ਸੰਖੇਪ ਇਤਿਹਾਸ। ਇਤਿਹਾਸ ਉੱਧਰ ਵੀ ਲਿਖਿਆ ਹੋਇਆ ਅਤੇ ਆਪਾਂ ਪੜ੍ਹ ਵੀ ਲਿਆ। ਅਤੇ ਆਓ ਹੁਣ ਆਪਾਂ ਤੁਹਾਨੂੰ ਖੂਹ ਵਿਖਾਉਂਦੇ ਹਾਂ। ਇਹ ਆ ਖੂਹ, ਅੰਦਰ ਨੂੰ ਪੌੜੀਆਂ ਉਤਰਦੀਆਂ। ਆ ਵੇਖਣ ਵਾਸਤੇ ਸ਼ੀਸ਼ਾ ਲਾਇਆ ਗਿਆ। ਅੰਦਰ ਇਸ ਤਰ੍ਹਾਂ ਦਿਖਦਾ ਅੰਦਰੋਂ, ਆਪਾਂ ਉੱਪਰ ਦੀ ਵਿਖਾਉਣ ਦੀ ਕੋਸ਼ਿਸ਼ ਕਰਦੇ ਹਾਂ। ਇਸ ਤਰ੍ਹਾਂ ਦਿਖਦਾ ਅੰਦਰੋਂ ਖੂਹ। ਇੱਧਰ ਪੌੜੀਆਂ ਵੀ ਲਾਈਆਂ ਗਈਆਂ ਹੈ ਨਾ, ਜਿਵੇਂ ਆਪਾਂ ਖੂਹ 'ਚੋਂ ਪਹਿਲੇ ਸਮੇਂ 'ਚ ਪਾਣੀ ਕੱਢਦੇ ਰਹੇ ਹਾਂ। ਅਤੇ ਪਤਾ ਨਹੀਂ ਹੁਣ ਵੀ ਇਹ ਉਸ ਸਮੇਂ ਦੀਆਂ ਹੀ ਆ ਕਿ ਦੁਬਾਰਾ ਬਣਾ ਕੇ ਲਾਈਆਂ ਗਈਆਂ, ਇਸ ਬਾਰੇ ਆਪਾਂ ਨੂੰ ਨਹੀਂ ਪਤਾ। ਇਹ ਆ ਖੂਹ ਪੂਰਾ, ਉੱਪਰ ਇਹ ਹੁਣ ਕਵਰ ਕੀਤਾ ਗਿਆ, ਉੱਪਰ ਇਹਦੇ ਲੈਂਟਰ ਲਾਇਆ ਗਿਆ। ਅਤੇ ਆਪਾਂ ਹੁਣ ਇਤਿਹਾਸ ਬਾਰੇ ਤੁਹਾਨੂੰ ਦੱਸਦੇ ਜਿੰਨਾ ਕੁ ਆਪਾਂ ਜਾਣਦੇ ਹਾਂ। ਇੱਕ ਨਾ ਇੱਧਰ ਬਹੁਤ ਵਧੀਆ ਗੱਲ ਆ ਕਿ ਇੱਧਰ ਆ ਪੁਰਾਤਨ ਇਤਿਹਾਸਕ ਪੋਥੀਆਂ ਦੇ ਨਾਮ, ਜਿਨ੍ਹਾਂ ਵਿੱਚ ਸਾਹਿਬ ਬਾਬਾ ਭਾਈ ਬਹਿਲੋ ਜੀ, ਬਾਬਾ ਭਾਈ ਭਗਤਾ ਜੀ ਅਤੇ ਵੰਸ਼ ਦਾ ਇਤਿਹਾਸ ਦਰਜ ਹੈ ਇਹਨਾਂ ਸਾਖੀਆਂ ਵਿੱਚ, ਜਿਨ੍ਹਾਂ ਦੇ ਨਾਮ 'ਤੇ ਪਿੰਡ ਵਸਿਆ, ਹੈ ਨਾ। ਇਹ ਵੀ ਇੱਥੇ ਲਾਇਆ ਗਿਆ ਵਾ। ਅਤੇ ਆਓ ਹੁਣ ਆਪਾਂ ਤੁਹਾਨੂੰ ਇਤਿਹਾਸ ਬਾਰੇ ਦੱਸਦੇ ਹਾਂ। ਹਾਂਜੀ, ਆਪਾਂ ਤੁਹਾਨੂੰ ਖੂਹ ਵਿਖਾਤਾ, ਹੈ ਨਾ। ਇੱਥੇ ਸਨਮਾਨ ਚਿੰਨ ਵੀ ਪਏ, ਆਪਾਂ ਤੁਹਾਨੂੰ ਉੱਧਰ ਨੂੰ ਕੈਮਰਾ ਕਰਕੇ ਬਹੁਤ ਹੀ ਸਨਮਾਨ ਚਿੰਨ ਪਏ ਵੇਖ ਲਓ, ਹੈ ਨਾ, ਵੀ ਮੰਨਣ ਦਾ ਹੁੰਦਾ ਵੀ ਕੋਈ ਸੁੱਖ ਸੁੱਖ ਦਾ ਵੀ ਮੈਂ ਐਂ ਕਰੂੰਗਾ, ਅਤੇ ਅਸੀਂ ਜਿੱਤ ਜਾਈਏ, ਹੈ ਨਾ, ਸਨਮਾਨ ਚਿੰਨ ਪਏ ਹੋਏ। ਇਹ ਇਤਿਹਾਸ ਆ ਜੀ, ਜਿਹੜੇ ਭਾਈ ਬਹਿਲੋ ਸਿੰਘ ਬਹਿਲੋ ਜੀ ਸੀਗੇ, ਉਹਨਾਂ ਨੇ ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਰਾਮਦਾਸ ਜੀ ਨਾਲ
ਜਦੋਂ ਹਰਿਮੰਦਰ ਸਾਹਿਬ ਦਾ ਸਰੋਵਰ ਬਣਿਆ ਸੀਗਾ ਉਦੋਂ ਉਹਨਾਂ ਨਾਲ ਉਹ ਸੇਵਾ ਕਰਵਾਈ ਸੀ ਉਹਨਾਂ ਨੇ, ਉਹ ਇਸ ਇਲਾਕੇ ਦੇ ਸੀਗੇ। ਤੇ ਉਹਨਾਂ ਦਾ ਜਨਮ ਹੋਇਆ ਮਾਨਸਾ ਜ਼ਿਲ੍ਹੇ ਦੇ ਵਿੱਚ ਪਿੰਡ ਫਫੜੇ ਭਾਈਗਾ ਦੇ ਵਿੱਚ। ਉਹਨਾਂ ਦਾ ਜਨਮ ਹੋਇਆ ਸੀਗਾ 1553 ਈਸਵੀ ਦੇ ਵਿੱਚ ਹੋਇਆ ਸੀ ਉਹਨਾਂ ਦਾ ਜਨਮ ਫਫੜੇ ਭਾਈਗਾ ਮਾਨਸਾ ਦੇ ਵਿੱਚ। ਤੇ ਉਹਨਾਂ ਦੇ ਗਾਂ ਇੱਕ ਪੁੱਤਰ ਸੀਗੇ ਭਾਈ ਨਾਨੂ ਜੀ, ਉਹਨਾਂ ਦਾ ਉਹਨਾਂ ਦੀ ਭਾਈ ਬਹਿਲੋ ਜੀ ਸ਼ਾਦੀ, ਉਹਨਾਂ ਦੇ ਪੁੱਤਰ ਸੀ ਭਾਈ ਨਾਨੂ ਜੀ, ਤੇ ਉਹਨਾਂ ਦੀ ਸ਼ਾਦੀ ਹੋਈ। ਉਹਨਾਂ ਦੇ ਗਾਂ ਪੁੱਤਰ ਸੀਗੇ 3, ਇਹਨਾਂ ਦੇ ਕਿ ਆਪਾਂ ਨੂੰ ਨਾਮ ਨਹੀਂ ਪਤਾ ਗਾ। ਤੇ ਜਿਹੜਾ ਭਾਈ ਬਹਿਲੋ ਸੀਗਾ ਉਹਨਾਂ ਨੂੰ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ, ਗੁਰੂਆਂ ਨੇ ਜਾਣੀ ਕਿ ਇੱਕ ਬਲ ਦਿੱਤਾ ਸੀਗਾ ਕਿ ਸੇਵਾ ਤੂੰ ਇੰਨੀ ਕੀਤੀ ਹੈ, ਜਦੋਂ ਤਰਨ ਤਾਰਨ ਸਾਹਿਬ ਸਰੋਵਰ ਦੀ ਖੁਦਵਾਈ ਉਹਦੀ ਉਦੋਂ ਵੀ ਉਹਨਾਂ ਨੇ ਸੇਵਾ ਕੀਤੀ ਆ, ਤੇ ਜਦੋਂ ਅੰਮ੍ਰਿਤਸਰ ਸਾਹਿਬ ਸਰੋਵਰ ਦੀ ਖੁਦਵਾਈ ਹੋਈ ਉਦੋਂ ਵੀ ਉਹਨਾਂ ਨੇ ਸੇਵਾ ਕੀਤੀ ਆ, ਤੇ ਗੁਰੂਆਂ ਜੀ ਨੇ ਉਹਨਾਂ ਨੂੰ ਵੀ ਸੇਵਾ ਇੰਨੀ ਕੀਤੀ ਸੀ ਤੇ ਉਹਨਾਂ ਨੂੰ ਬਲ ਦਿੱਤਾ ਸੀਗਾ ਵੀ ਇੱਕ ਵੀ ਜਾਣੀ ਕਿ ਆਪਾਂ ਕਹਿ ਦਈਏ ਵੀ ਤਾਕਤ ਦਿੱਤੀ ਸੀਗੀ। ਤੇ ਉਹਨਾਂ ਦੀ ਸੇਵਾ ਤੋਂ ਖੁਸ਼ ਹੋ ਕੇ ਉਹਨਾਂ ਨੂੰ ਭਾਈ ਬਹਿਲੋ ਦਾ ਨਾਮ ਦਿੱਤਾ ਸੀਗਾ, ਭਾਈ ਬਹਿਲੋ ਸਭ ਤੋਂ ਪਹਿਲੋਂ। ਤੇ ਉਹਨਾਂ ਨੂੰ ਜਾਣੀ ਕਿ ਇੱਕ ਜਿਵੇਂ ਆਪਾਂ ਕਹਿ ਦਈਏ ਸਿਆਣੇ ਉਵੇਂ ਸੀ ਉਹ, ਵੀ ਰਿੱਧੀਆਂ ਸਿੱਧੀਆਂ ਦਾ ਅਧਿਆਤਮਿਕ ਕਲਾ ਵੀ ਉਹਨਾਂ ਨੂੰ ਦਿੱਤੀ ਸੀ, ਗੁਰੂ ਜੀ ਨੇ ਬਖਸ਼ੀ ਸੀ। ਤੇ ਉਹਨਾਂ ਦਾ ਜਨਮ ਤੁਹਾਨੂੰ ਮੈਂ ਦੱਸਦਾ ਫਫੜੇ ਭਾਈ ਕਾ ਜ਼ਿਲ੍ਹਾ ਮਾਨਸਾ ਦੇ ਵਿੱਚ ਹੋਇਆ ਸੀ। ਉਹਨਾਂ ਦੇ ਪੁੱਤਰ ਸੀਗੇ ਭਾਈ ਨਾਨੂ ਜੀ, ਤੇ ਉਹਨਾਂ ਦੇ ਅੱਗੇ ਪੁੱਤਰ ਸੀ, 3 ਪੁੱਤਰ ਹੋਏ ਸੀ ਉਹਨਾਂ ਦੇ। ਉਹਨਾਂ ਤਿੰਨਾਂ ਦੀ ਮੌਤ ਹੋ ਚੁੱਕੀ ਸੀ, ਤੇ ਜਿਹੜਾ ਭਾਈ ਨਾਨੂ ਸੀਗਾ ਉਹ ਵੀ ਬਹੁਤ ਸੇਵਾ ਕਰਦਾ ਸੀਗਾ ਵੀ ਆਪਦੇ ਪਿਤਾ ਜੀ ਭਾਈ ਬਹਿਲੋ ਜੀ ਦੀ, ਵੀ ਭੁੱਖਿਆਂ ਨੂੰ ਲੰਗਰ ਖਵਾਉਣਾ, ਵੀ ਇਸ ਤਰ੍ਹਾਂ ਸੇਵਾ ਦੇ ਪੁੰਨ ਦੇ ਕਾਰਜ ਕਰਦਾ ਹੁੰਦਾ ਸੀਗਾ। ਤੇ ਉਹ ਇੰਨੀ ਸੇਵਾ ਵੇਖ ਕੇ ਤੇ ਉਹ ਭਾਈ ਜਿਹੜਾ ਬਾਬਾ ਭਾਈ ਬਹਿਲੋ ਜੀ ਸੀਗੇ, ਤੇ ਉਹਨਾਂ ਨੇ ਭਾਈ ਨਾਨੂ ਜੀ ਨੂੰ ਕਿਹਾ ਵੀ ਤੂੰ ਇੰਨੀ ਸੇਵਾ ਕਰਦਾ ਵੀ ਤੂੰ ਮੰਗ ਕੀ ਮੰਗਣਾ। ਤੇ ਉਹਨਾਂ ਨੇ ਕਿਹਾ ਵੀ ਆਪਣੀ ਵੰਸ਼ ਅੱਗੇ ਚੱਲਦੀ ਰਹੇ ਵੀ ਮੈਨੂੰ ਇੱਕ ਪੁੱਤਰ ਦੀ ਦਾਤ ਬਖਸ਼ੋ। ਤੇ ਗੁਰੂ ਭਾਈ ਬਹਿਲੋ ਜੀ ਨੇ ਫਿਰ ਕਿਹਾ ਵੀ ਤੂੰ ਹੋਰ ਮੰਗ ਕੀ ਮੰਗਦਾ। ਉਹਨਾਂ ਨੇ 3 ਵਾਰੀ ਪੁੱਛਿਆ, ਉਹਨਾਂ ਨੇ 3 ਵਾਰੀ ਪੁੱਛਣ ਤੇ ਹੀ ਕਿਹਾ ਗਿਆ ਕਿ ਮੈਨੂੰ ਪੁੱਤਰ ਦੀ ਦਾਤ ਬਖਸ਼ੋ। ਤੇ ਉਹਨਾਂ ਨੇ ਕਿਹਾ ਵੀ ਪੁੱਤਰ ਦੀ ਦਾਤ ਦਾ ਜਿਹੜਾ ਤੁਹਾਡਾ ਪੁੱਤਰ ਹੋਊਗਾ ਉਹਦਾ ਨਾਮ ਤੁਸੀਂ ਰੱਖਣਾ ਭਾਈ ਭਗਤਾ ਜੀ, ਉਹ ਬਹੁਤ ਗੁਣਵਾਨ ਤੇ ਸਿੱਖਿਆ ਵਾਲਾ ਹੋਊਗਾ, ਤੇ ਜਿਹਦੇ ਕਿ ਨਾਮ ਤੇ ਹੁਣ ਪਿੰਡ ਭੱਜਿਆ ਹੋਇਆ ਭਗਤਾ ਭਾਈ ਕਾ। ਤੇ ਉਹਨਾਂ ਦੇ ਘਰ ਪੁੱਤਰ ਹੋਇਆ ਭਗਤਾ ਭਾਈ ਭਗਤਾ ਜੀ। ਤੇ ਉਹਨਾਂ ਨੇ ਉਹ ਫਿਰ ਉੱਥੋਂ ਆਪਦੇ ਪਿੰਡ ਤੋਂ ਇੱਥੇ ਆ ਕੇ ਰਹਿਣ ਲੱਗ ਗਏ ਸੀਗੇ ਭਗਤੇ ਭਾਈ ਕੇ ਪਿੰਡ ਵਿੱਚ। ਉਦੋਂ ਉਹਨਾਂ ਨੇ ਇੱਥੇ ਮੋਹਰੀ ਗੱਡੀ ਸੀਗੀ ਤੇ ਇੱਥੇ ਉਹਨਾਂ ਨੇ ਪਿੰਡ ਵਸਾਇਆ ਸੀ ਭਗਤਾ ਭਾਈ ਕਾ, ਭਾਈ ਭਗਤੇ ਜੀ ਨੇ। ਤੇ ਇਹ ਦੋਵਾਂ ਗੁਰੂਆਂ ਦੀ ਚਰਨ ਛੋਹ ਪ੍ਰਾਪਤ ਧਰਤੀ ਆ, 6ਵੇਂ ਗੁਰੂ ਤੇ 10ਵੇਂ ਪਾਤਸ਼ਾਹ ਜੀ। ਤੇ ਇਹ ਇਤਿਹਾਸ ਦੇ ਵਿੱਚ ਇਹ ਵੀ ਲਿਖਿਆ ਗਿਆ ਕਿ ਜਿਹੜੇ ਭਾਈ ਭਗਤਾ ਜੀ ਸੀਗੇ ਉਹ ਗੁਰੂ ਗੋਬਿੰਦ ਸਿੰਘ ਜੀ ਇੱਥੇ 3 ਦਿਨ ਰਹੇ ਆ, ਤੇ ਉਹਨਾਂ ਦੀ ਸੇਵਾ ਭਾਈ ਭਗਤਾ ਜੀ ਦੇ ਪਰਿਵਾਰ ਨੇ ਕੀਤੀ ਸੀ, ਉਹਨਾਂ ਨੂੰ ਘਰੇ ਲੈ ਕੇ ਗਏ ਸੀ, ਉਹਨਾਂ ਨੂੰ ਘੋੜਾ ਭੇਟ ਕੀਤਾ ਸੀਗਾ, ਇਹ ਇੱਥੇ ਇਤਿਹਾਸ ਵਿੱਚ ਲਿਖਿਆ ਗਿਆ। ਤੇ ਇਤਿਹਾਸ ਵਿੱਚ ਜਿਵੇਂ ਭੂਤਾਂ ਵਾਲਾ ਖੂਹ ਆ ਇਹਦਾ ਜ਼ਿਕਰ ਕੀਤਾ ਗਿਆ, ਜਿਹੜੇ ਭਾਈ ਬਹਿਲੋ ਸੀ ਉਹਨਾਂ ਨੂੰ ਭੂਤ ਪ੍ਰੇਤ ਦੀ ਜਾਣੀ ਕਿ ਵੱਸ ਵਿੱਚ ਇਹਨਾਂ ਤੇ ਕਾਬੂ ਪਾਉਣ ਲਈ ਇਹਨਾਂ ਨੂੰ ਸ਼ਕਤੀ ਦਿੱਤੀ ਸੀ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ। ਤੇ ਉਹਨਾਂ ਨੇ ਗਾਂ ਭਾਈ ਨਾਨੂ ਜੀ ਤੋਂ ਆਪਦੇ ਪੋਤਰੇ ਨੂੰ ਦਿੱਤੀ ਸੀ ਭਾਈ ਭਗਤਾ ਜੀ ਨੂੰ, ਜਿਹੜੇ ਕਿ ਬਹੁਤ ਗੁਣਵਾਨ ਸੀ, ਉਹਨਾਂ 'ਚ ਵੀ ਇਹ ਸ਼ਕਤੀਆਂ ਸੀਗੀਆਂ। ਤੇ ਇਹ ਜੇ ਇੱਕ ਸੀਗਾ ਰਾਮੂ ਸ਼ਾਹ ਲਾਹੌਰ ਦਾ, ਤੇ ਉਹਦੀ ਧੀ ਹੋ ਗਈ ਸੀ ਬਹੁਤ ਜ਼ਿਆਦਾ ਬਿਮਾਰ, ਉਹਨੇ ਬਹੁਤ ਜ਼ਿਆਦਾ ਇਲਾਜ ਕਰਵਾਇਆ ਸੀ, ਉਹ ਠੀਕ ਨਹੀਂ ਹੁੰਦੀ ਸੀਗੀ, ਤੇ ਉਹਦੇ ਵਿੱਚ ਕੋਈ ਭੂਤ ਪ੍ਰੇਤ ਆਉਂਦੀ ਸੀਗੀ। ਤੇ ਉਸ ਤੋਂ ਉਦੋਂ ਗੁਰੂ ਗੋਬਿੰਦ ਸਿੰਘ ਜੀ ਹੁੰਦੇ ਸੀਗੇ, ਤੇ ਉਦੋਂ ਕਿਸੇ ਨੇ ਉਹਨਾਂ ਨੂੰ ਦੱਸਿਆ ਕਿ ਇੱਕ ਇੱਦਾਂ ਕਰਕੇ ਵੀ ਸਿੱਖਾਂ ਦਾ ਗੁਰੂ ਆ ਹਨਾ, ਤੇ ਉੱਥੇ ਜਾ ਕੇ ਤੁਸੀਂ ਜਾਓ ਵੀ ਉੱਥੇ ਤੁਹਾਡਾ ਸਭ ਕੁਝ ਠੀਕ ਹੋ ਜਾਊਗਾ। ਤੇ ਇੱਥੋਂ ਭਾਈ ਭਗਤਾ ਜੀ ਵੀ ਅਨੰਦਪੁਰ ਸਾਹਿਬ ਗਏ, ਤੇ ਉੱਥੋਂ ਲਾਹੌਰ ਤੋਂ ਉਹ ਰਾਮੂ ਸ਼ਾਹ ਸੀ ਜਿਹੜਾ ਉਹ ਵੀ ਆਇਆ ਇੱਥੇ ਅਨੰਦਪੁਰ ਸਾਹਿਬ, ਤੇ ਉੱਥੇ ਦੀਵਾਨ ਲੱਗਾ ਸੀ, ਸਿੱਖ ਸੰਗਤਾਂ ਦੀਵਾਨ ਸੁਣ ਰਹੀਆਂ ਸੀਗੀਆਂ। ਤੇ ਰਾਮੂ ਸ਼ਾਹ ਨੇ ਕਿਹਾ ਕਿ ਕੋਈ ਮੇਰੀ ਧੀ ਨੂੰ ਜੇਕਰ ਠੀਕ ਕਰ ਦੇਵੇ ਤਾਂ ਵੀ ਮੈਂ ਉਹਦਾ ਹਨਾ ਵੀ ਚਰਨ ਧੋ ਕੇ ਪੀਊਂਗਾ, ਵੀ ਕੋਈ ਮੇਰੀ ਧੀ ਨੂੰ ਠੀਕ ਕਰ ਦੇਵੇ, ਉਹਦਾ ਮੈਂ ਇਲਾਜ ਕਰਵਾ ਲਿਆ, ਮੈਂ ਥੱਕ ਚੁੱਕਿਆ ਹਾਰ ਚੁੱਕਿਆ। ਤੇ ਉਹਦੇ ਸੁਣ ਕਹਿੰਦੇ ਸਾਰੀ ਭਾਈ ਭਗਤਾਂ ਦੇ ਕੰਨਾਂ 'ਚ ਇਹ ਆਵਾਜ਼ ਪਈ, ਤੇ ਭਾਈ ਭਗਤਾ ਜੀ ਉਹਨਾਂ ਨਾਲ ਉੱਠ ਕੇ ਅਨੰਦਪੁਰ ਸਾਹਿਬ ਤੋਂ ਲਾਹੌਰ ਨੂੰ ਚੱਲ ਪਏ। ਲਾਹੌਰ ਜਾ ਕੇ ਜਦੋਂ ਉਹਦੀ ਜਿਹੜੀ ਕੁੜੀ ਸੀਗੀ ਤੇ ਪੁੱਤਰੀ ਸੀਗੀ ਉਹਨਾਂ ਨੂੰ ਜਦੋਂ ਉਹਨਾਂ ਨੇ ਵੇਖਿਆ, ਉਹਨਾਂ ਨੂੰ ਵਾਹਿਗੁਰੂ ਸਤਨਾਮ ਦਾ ਸਿਮਰਨ ਕਰਾਇਆ, ਤੇ ਉਹਨਾਂ 'ਚ ਜਿਹੜੀਆਂ ਭੂਤ ਪ੍ਰੇਤਾਂ ਸੀਗੀਆਂ ਉਹ ਭਾਈ ਭਗਤਾ ਜੀ ਨੇ ਗੁਰੂ ਦੇ ਸਿਮਰਨ ਕਰਕੇ ਤੇ ਉਹਨਾਂ 'ਚੋਂ ਕੱਢ ਕੇ ਆਪਦੇ ਵਿੱਚ ਕਰ ਲਈਆਂ ਸੀਗੀਆਂ। ਤੇ ਉਹਨਾਂ ਨੇ ਮਤਲਬ ਉਹਦੀ ਜਿਹੜੀ ਪੁੱਤਰੀ ਸੀ ਉਹ ਠੀਕ ਹੋਣ ਲੱਗ ਗਈ ਸੀ ਰਾਮੂ ਸ਼ਾਹ ਜੀ ਦੀ ਲਾਹੌਰ ਤੋਂ। ਤੇ ਫਿਰ ਉਹਨਾਂ ਨੇ ਕਿਹਾ ਸੀਗਾ ਵੀ ਤੁਸੀਂ ਮੈਨੂੰ ਕੋਈ ਸੇਵਾ ਦੱਸੋ, ਵੀ ਤੁਸੀਂ ਮੇਰੀ ਪੁੱਤਰੀ ਠੀਕ ਕੀਤੀ ਹੈ, ਮੈਂ ਤੁਹਾਡੀ ਕੀ ਸੇਵਾ ਕਰ ਸਕਦਾ। ਜਦੋਂ ਰਾਮੂ ਸ਼ਾਹ ਜੀ ਨੇ ਕਿਹਾ ਵੀ ਤੁਸੀਂ ਦੱਸੋ ਵੀ ਮੈਂ ਕੀ ਤੁਹਾਡੀ ਸੇਵਾ ਕਰ ਸਕਦਾ, ਤਾਂ ਉਹਨਾਂ ਨੇ ਕਿਹਾ ਵੀ ਮਾਲਵੇ ਦੇ ਵਿੱਚ
ਸਾਡਾ ਉੱਥੇ ਇੱਕ ਸਾਨੂੰ ਜਲ ਦੀ ਬਹੁਤ ਕਮੀ, ਸਾਨੂੰ ਉੱਥੇ ਖੂਹ ਪਟਾ ਦਿਓ ਤੁਸੀਂ, ਵੀ ਖੂਹ ਲਵਾ ਦਿਓ ਤੁਸੀਂ। ਅਤੇ ਉਹ ਖੂਹ ਲਵਾਉਂਦੇ ਸੀ ਕਿਤੇ ਇੱਕ ਇੱਥੇ 'ਚ ਇਤਿਹਾਸ 'ਚ ਵੀ ਲਿਖਿਆ ਗਿਆ ਕਿ ਇੱਥੇ ਖੂਹ ਬਣ ਕੇ ਜਦੋਂ ਤਿਆਰ ਹੋ ਰਿਹਾ ਸੀਗਾ ਤਾਂ ਇੱਕ ਸਾਧੂ ਸੀ ਜਿਸ ਦਾ ਨਾਮ ਸੀਗਾ ਕਲਿਆਣ ਦਾਸ, ਉਹ ਕਲਿਆਣ ਪਿੰਡ ਦੇ ਰਹਿਣ ਵਾਲਾ ਸੀਗਾ। ਉਹ ਜਦੋਂ ਖੂਹ ਬਣ ਰਿਹਾ ਸੀਗਾ ਤਾਂ ਉਸਨੇ ਉਹ ਖੂਹ ਮਤਲਬ ਪਾੜਤਾ ਸੀਗਾ, ਜਾਣੀ ਕਿ ਆਪਦੀ ਸ਼ਕਤੀ ਨਾਲ ਜਾਂ ਕਿਸੇ ਵੀ ਚੀਜ਼ ਨਾਲ। ਅਤੇ ਉਹ ਜਿਹੜੀਆਂ ਭੂਤ ਪ੍ਰੇਤ ਸੀਗੇ ਜਿਹੜੇ ਭਾਈ ਭਗਤਾ ਜੀ ਨੇ ਆਪਦੇ ਵੱਸ ਵਿੱਚ ਕਰ ਲਏ ਸੀ, ਤਾਂ ਉਹਨਾਂ ਨੇ ਇਹ ਗੱਲ ਕਹੀ ਸੀ ਵੀ ਸਾਨੂੰ ਛੱਡ ਦਿਓ ਤੁਸੀਂ, ਜਦੋਂ ਉਹਨਾਂ ਨੇ ਵੱਸ ਵਿੱਚ ਕੀਤੇ ਸੀ। ਜਦੋਂ ਤੁਹਾਨੂੰ ਕੋਈ ਕੰਮ ਹੋਇਆ, ਕੋਈ ਮਤਲਬ ਕੋਈ ਵੀ ਕਾਰਜ ਕਰਵਾਉਣਾ ਹੋਇਆ ਜਿਹੜਾ ਕਿ ਕਿਸੇ ਤੋਂ ਨਾ ਹੁੰਦਾ ਹੋਇਆ, ਤਾਂ ਤੁਸੀਂ ਸਾਨੂੰ ਯਾਦ ਕਰਿਓ, ਅਸੀਂ ਤੁਹਾਡੇ ਹਾਜ਼ਰ ਹੋਵਾਂਗੇ। ਅਤੇ ਭਾਈ ਭਗਤਾ ਜੀ ਨੇ ਉਹ ਛੱਡ ਦਿੱਤੀਆਂ ਸੀਗੀਆਂ। ਅਤੇ ਜਿਹੜਾ ਸਾਧੂ ਕਲਿਆਣ ਸੀਗਾ ਉਹਨੇ ਜਦੋਂ ਇਹ ਖੂਹ ਖਦਵਾ ਰਿਹਾ ਸੀ ਰਾਮੂ ਸ਼ਾਹ ਜੀ, ਤਾਂ ਉਹਦੇ ਵਿੱਚ ਜਾਣੀ ਕਿ ਦਿੱਕਤ ਆਈ, ਦਿੱਕਤ ਆਈ, ਖੂਹ ਪਾੜ ਦਿੱਤਾ ਗਿਆ ਸੀ, ਉਹਨਾਂ ਨੇ ਆਪਦੀ ਭਗਤੀ ਨਾਲ ਖੂਹ ਪਾੜਤਾ ਸੀਗਾ। ਅਤੇ ਫਿਰ ਉਦੋਂ ਜਦੋਂ ਇਹ ਗੱਲ ਭਾਈ ਭਗਤਾ ਜੀ ਨੂੰ ਪਤਾ ਲੱਗੀ ਤਾਂ ਉਹਨਾਂ ਨੇ ਉਹ ਭੂਤਾਂ ਨੂੰ ਯਾਦ ਕੀਤਾ, ਅਤੇ ਉਹਨਾਂ ਭੂਤਾਂ ਨੇ ਇਹ ਇੱਕ ਰਾਤ ਦੇ ਵਿੱਚ ਖੂਹ ਪੱਟ ਕੇ ਅਤੇ ਵੀ ਚਾਲੂ ਕਰਤਾ ਸੀਗਾ। ਅਤੇ ਇਹਦਾ ਜਿਹੜੀ ਇਹਦੇ ਵਿੱਚ ਕੰਕਰੀਟ ਲੱਗਾ ਉਹ ਲਾਹੌਰ ਤੋਂ ਅਤੇ ਦਿੱਲੀ ਤੋਂ ਆਇਆ ਸੀ ਉਹਨਾਂ ਸਮਿਆਂ ਦੇ ਵਿੱਚ। ਅਤੇ ਇਹ ਸੀਗਾ ਇਸ ਖੂਹ ਦਾ ਇਤਿਹਾਸ। ਅਤੇ ਜੇ ਮੇਰੇ ਤੋਂ ਦੱਸਣ 'ਚ ਕੋਈ ਗਲਤੀ ਹੋ ਗਈ ਹੋਵੇ ਤਾਂ ਤੁਸੀਂ ਸਰਚ ਕਰੋ ਗੂਗਲ 'ਤੇ ਵੀ, ਅਤੇ ਬਾਕੀ ਇੱਥੇ ਭਗਤਾ ਭਾਈ ਕਾ ਪਿੰਡ ਜ਼ਿਲ੍ਹਾ ਬਠਿੰਡਾ ਦੇ ਵਿੱਚ ਆਓ, ਇੱਥੇ ਇਤਿਹਾਸ ਲਿਖਿਆ, ਤੁਸੀਂ ਆਪ ਪੜ੍ਹ ਕੇ ਜਾਓ ਜਿੰਨਾ ਮੇਰੇ ਤੋਂ ਦੱਸਿਆ ਗਿਆ ਮੈਂ ਤੁਹਾਨੂੰ ਦੱਸਿਆ। ਵੀ ਇਸ ਤਰ੍ਹਾਂ ਉਹਨਾਂ ਨੂੰ ਜਦੋਂ ਭਾਈ ਭਗਤਾ ਜੀ ਨੇ ਵੱਸ ਵਿੱਚ ਕਰ ਲਿਆ ਸੀਗਾ ਭੂਤਾਂ ਨੂੰ, ਅਤੇ ਉਹ ਖੂਹ ਦੇ ਉਸਾਰੀ ਦਾ ਕੰਮ ਰੁਕ ਗਿਆ ਸੀਗਾ। ਅਤੇ ਭਾਈ ਭਗਤਾ ਜੀ ਨੇ ਫਿਰ ਉਹਨਾਂ ਭੂਤਾਂ ਨੂੰ ਹੀ ਯਾਦ ਕੀਤਾ ਸੀਗਾ ਕਿ ਖੂਹ ਦਾ ਕੰਮ ਨੇਪਰੇ ਚਾੜਿਆ ਜਾਵੇ, ਹੈ ਨਾ। ਅਤੇ ਉਹ ਰਾਤੋਂ ਰਾਤ ਹੀ ਭੂਤਾਂ ਨੇ ਖੂਹ ਪੱਟ ਕੇ ਤਿਆਰ ਕਰਤਾ ਸੀਗਾ। ਅਤੇ ਆਪਾਂ ਆਮੀ ਕਹਾਵਤਾਂ 'ਚ ਵੀ ਸੁਣਿਆ ਵੀ ਭਗਤੇ ਦੀਆਂ ਭੂਤਾਂ ਵਰਗੇ ਭੂਤਾਂ ਨੇ ਤਾਂ ਰਾਤੋਂ ਰਾਤ ਖੂਹ ਤਿਆਰ ਕਰਤਾ ਸੀ, ਹੈ ਨਾ। ਅਤੇ ਜਾਣੀ ਕਿ ਇਤਿਹਾਸ ਲਿਖਿਆ ਹੋਇਆ ਇੱਥੇ, ਅਤੇ ਤੁਸੀਂ ਪੜ੍ਹ ਸਕਦੇ ਹਾਂ। ਅਤੇ ਫਿਰ ਇੱਥੇ ਭਾਈ ਭਗਤਾ ਦੇ ਨਾਮ 'ਤੇ ਪਿੰਡ ਹੁਣ ਵਸਿਆ ਹੋਇਆ ਹੈ ਜਿਹੜਾ ਕਿ ਬਠਿੰਡਾ ਜ਼ਿਲ੍ਹੇ ਦੇ ਵਿੱਚ ਹੈ। ਅਤੇ ਇਹ ਸੀਗਾ ਇਤਿਹਾਸ, ਅਤੇ ਬਾਕੀ ਆਪਾਂ ਤੁਹਾਨੂੰ ਹੋਰ ਇੱਥੇ ਜਿਹੜੇ ਕੰਧਾਂ ਦੇ ਜਦੋਂ ਆਪਾਂ ਖੂਹ ਤੋਂ ਬਾਹਰ ਨਿਕਲਦੇ ਕੰਧਾਂ 'ਤੇ ਦ੍ਰਿਸ਼ ਜਿਹੇ ਫੋਟੋਆਂ ਬਾਹੀਆਂ ਗਈਆਂ, ਅਤੇ ਉਹ ਆਪਾਂ ਤੁਹਾਨੂੰ ਵਿਖਾਉਂਦੇ, ਉਹ ਬਹੁਤ ਚੰਗੀਆਂ ਚੀਜ਼ਾਂ ਬਾਹੀਆਂ ਗਈਆਂ, ਉਹ ਵੀ ਆਪਾਂ ਤੁਹਾਨੂੰ ਵਿਖਾਉਂਦੇ। ਇੱਧਰ ਆਹ ਵੇਖੋ ਵੀ ਆਹ ਤਸਵੀਰਾਂ ਬਾਹੀਆਂ ਗਈਆਂ ਕੰਧਾਂ ਦੇ ਉੱਪਰ, ਸਿੱਖ ਜਰਨੈਲ ਬਾਬਾ ਭੁਗੇਲ ਸਿੰਘ ਜੀ ਦੀ ਤਸਵੀਰ ਆ, ਮੁਗਲ ਫੌਜ ਨੂੰ ਹਰਾ ਕੇ ਜਦੋਂ ਦਿੱਲੀ ਫਤਿਹ ਕੀਤੀ ਸੀ ਇਹਨਾਂ ਨੇ ਉਦੋਂ ਦੀ ਤਸਵੀਰ ਆਈ, ਅਤੇ ਨਾਲ ਹੀ ਬਾਬਾ ਫਰੀਦ ਜੀ ਦੀ ਤਸਵੀਰ ਵਾਹੀ ਗਈ ਹੈ। ਇੱਧਰ ਵੀ ਵੇਖੋ ਵੀ ਤਸਵੀਰ ਵਾਹੀ ਗਈ ਹੈ, ਭਾਈ ਸੁੱਖਾ ਸਿੰਘ ਮਾੜੀ ਕੰਬੋ ਕੀ, ਭਾਈ ਮਹਿਤਾਬ ਸਿੰਘ ਮੀਰਾਕੋਟ, 11 ਅਗਸਤ 1740 ਸੀ ਮੱਸੇ ਰੰਗੜ ਦਾ ਸਿਰ ਵੱਢ ਕੇ ਬੁੱਢਾ ਜੋੜ ਰਾਜਸਥਾਨ ਲਿਜਾਂਦੇ। ਅਤੇ ਨਾਲ ਹੀ ਤਸਵੀਰ ਭਾਈ ਜੀਵਨ ਸਿੰਘ ਜੀ ਦੀ ਵਾਹੀ ਗਈ ਹੈ, ਜਿਹੜੇ ਕਿ ਗੁਰੂਆਂ ਦਾ ਸੀਸ ਲੈ ਕੇ ਜਾਂਦੇ ਹੋਏ, ਉਹ ਅੱਗੇ ਵੀ ਬਾਹੀਆਂ ਗਈਆਂ ਤਸਵੀਰਾਂ। ਭਾਈ ਘਨੱਈਆ ਜੀ ਦੀ ਤਸਵੀਰ ਇੱਧਰ, ਸਾਹਿਬਜ਼ਾਦਿਆਂ ਦੀ। ਇੱਧਰ ਆ ਭਾਈ ਬਹਿਲੋ ਜੀ, ਭਾਈ ਬਹਿਲੋ ਸਭ ਤੋਂ ਪਹਿਲੋਂ ਬਾਬਾ ਬੁੱਢਾ ਜੀ ਦੀ ਨਿਗਰਾਨੀ ਹੇਠ ਭਾਈ ਬਹਿਲੋ ਜੀ ਅੰਮ੍ਰਿਤ ਸਰੋਵਰ ਵਿੱਚ ਮਿੱਟੀ ਪੁੱਟਣ ਦੀ ਸੇਵਾ ਕਰਦੇ ਹੋਏ, ਜਿਹੜਾ ਕਿ ਆਪਾਂ ਤੁਹਾਨੂੰ ਇਤਿਹਾਸ ਵਿੱਚ ਵੀ ਦੱਸਿਆ। ਇੱਧਰ ਵੀ ਸੰਤ ਜਰਨੈਲ ਸਿੰਘ ਭਿੰਡਰਾਂ ਦੀ ਤਸਵੀਰ ਭਾਈ, ਇੱਧਰ ਹੈਗੇ ਮੌਜੂਦ ਇਹਨਾਂ ਨੂੰ ਆਪਾਂ। ਭਾਈ ਜੀ ਇਹ ਤਸਵੀਰਾਂ ਇੱਥੇ ਇੱਥੇ ਹੀ ਇਕੱਲੀਆਂ ਵਾਹੀਆਂ ਗਈਆਂ ਕਿ ਹੋਰ ਵੀ ਪਿੰਡ 'ਚ ਹੈਗੀਆਂ? ਠੀਕ ਹੈ ਜੀ, ਇੱਧਰ ਨੂੰ ਸਾਰੀ ਗਲੀ 'ਚ ਵਾਹੀਆਂ ਗਈਆਂ, ਇਹ ਪਿੰਡ ਦੇ ਲੋਕਾਂ ਵੱਲੋਂ ਹੀ ਵਾਹੀਆਂ ਗਈਆਂ ਜੀ, ਵਹਾਈਆਂ ਗਈਆਂ। ਠੀਕ ਹੈ ਜੀ, ਜਿਹੜੀ ਖੂਹ ਕਮੇਟੀ ਉਹਨਾਂ ਨੇ। ਠੀਕ ਹੈ, ਠੀਕ ਹੈ ਜੀ, ਠੀਕ ਹੈ ਜੀ। ਹਾਂਜੀ, ਇੱਧਰ ਇੱਧਰ ਗਲੀ 'ਚ ਵੀ ਤਸਵੀਰਾਂ ਹੈਗੀਆਂ, ਉਹ ਵੀ ਆਪਾਂ ਤੁਹਾਨੂੰ ਹੁਣ। ਯਾਰ ਇਹ ਇੱਕ ਬਹੁਤ ਵਧੀਆ ਗੱਲ ਆ, ਹੈ ਨਾ। ਆਹ ਹੈਗੀ ਲੋਕੇਸ਼ਨ, ਇੱਧਰ ਖੂਹ ਅਤੇ ਇੱਧਰ ਗੁਰਦੁਆਰਾ ਸਾਹਿਬ ਆ ਜਿਹੜਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਆ। ਇੱਧਰ ਵੀ ਤਸਵੀਰਾਂ ਵਾਹੀਆਂ ਗਈਆਂ, ਜਰਨੈਲ ਹਰਨੈਲੀ ਹਰੀ ਸਿੰਘ ਨਲੂਆ, ਬਾਬਾ ਬੰਦਾ ਸਿੰਘ ਬਹਾਦਰ ਮਾਈ ਭੱਟ। ਹਾਂਜੀ, ਇਹ ਸੀਗਾ ਇਤਿਹਾਸ ਭੂਤਾਂ ਵਾਲੇ ਖੂਹ ਦਾ, ਅਤੇ ਆਪਾਂ ਤੁਹਾਨੂੰ ਭੂਤਾਂ ਵਾਲੇ ਖੂਹ ਦੇ ਦਰਸ਼ਨ ਵੀ ਕਰਵਾਤੇ। ਇੱਥੋਂ ਜਾਣੀ ਕਿ ਏਰੀਏ ਦੇ ਪਿੰਡਾਂ ਦੇ ਲੋਕ ਇਸ ਖੂਹ ਨੂੰ ਮੰਨਦੇ ਆ, ਹੈ ਨਾ, ਅਤੇ ਮੰਨਤਾ ਕਰਦੇ ਆ। ਇੱਥੇ ਮੇਲਾ ਵੀ ਲੱਗਦਾ, ਹੈ ਨਾ, ਜਿਵੇਂ ਆਪਣੇ ਕੋਈ ਬੱਚਾ ਹੁੰਦਾ ਘਰਾਂ 'ਚ, ਸਰੀਂ ਵੀ ਵਾਜੇ ਜਾਂਦੇ ਆ, ਜਿਨ੍ਹਾਂ ਦੀਆਂ ਮੁਰਾਦਾਂ ਪੂਰੀਆਂ ਹੁੰਦੀਆਂ ਇੱਥੇ ਮਠਿਆਈ ਵੀ ਚੜ੍ਹਾ ਕੇ ਜਾਂਦੇ ਆ। ਅਤੇ ਇਤਿਹਾਸ ਤੁਹਾਨੂੰ ਆਪਾਂ ਦੱਸਦਾ ਕੀ ਸੀ, ਹੈ ਨਾ, ਅਤੇ ਰਾਤੋਂ ਰਾਤ ਖੂਹ ਪੁੱਟਿਆ ਗਿਆ ਸੀ।
ਸਾਨੂੰ ਹੁਣ ਦਿਓ ਇਜਾਜ਼ਤ, ਅਤੇ ਬਾਕੀ ਆਪਾਂ ਗਲਤੀ ਤੁਹਾਡੇ ਤੋਂ ਮੰਨ ਹੀ ਲਈ, ਜੇ ਹੋ ਸਕਦਾ ਕਿਤੇ ਗਲਤ ਹੋਈਏ ਤਾਂ ਤੁਸੀਂ ਆਪ ਆ ਕੇ ਪੜ੍ਹ ਸਕਦੇ ਹੋ। ਅਤੇ ਇੰਨਾ ਹੀ ਸੀਗਾ ਆਪਣਾ ਇਹ ਵਲੌਗ, ਅਤੇ ਧੰਨਵਾਦ ਤੁਹਾਡਾ, ਬਹੁਤ ਬਹੁਤ ਸ਼ੁਕਰੀਆ। ਚੰਗਾ ਲੱਗਿਆ ਤਾਂ ਇਹਨੂੰ ਸ਼ੇਅਰ ਕਰਿਓ, ਕਮੈਂਟ ਕਰਕੇ ਜ਼ਰੂਰ ਦੱਸਿਓ। ਥੈਂਕ ਯੂ।